ਫੱਲਾ ਇਹਦੇ ਐਂ ਲੱਗਦਾ ਪਿਆ ਜਿੱਦਾਂ ਪੂਰਾ ਟੱਬਰ ਹੀ ਵਿੱਚ ਵੜ ਗਿਆ ਅਤੇ ਨਾ ਨਾ ਕੇ ਅਤੇ ਪੂਰਾ ਬੇੜਾ ਗਰਕ ਕਰ ਦਿੱਤਾ ਮਾਈਕਰੋ ਦਾ। ਅਸਲਾਮ ਅਲੈਕੁਮ ਰਹਿਮਤੁਲਾਹਿ ਵਬਰਕਾਤੁਹ, ਕੈਸੇ ਹੈ ਮੇਰੀ ਯੂਟਿਊਬ ਫੈਮਿਲੀ, ਉਮੀਦ ਕੀਤੀ ਹੋਈ ਮਾਨਰ ਸਿਹਤ ਕੇ ਬਿਹਤਰੀਨ ਹਾਲਤ ਮੈਂ ਹੋਂਗੇ। ਅੱਲਾਹ ਤਾਲਾ ਆਪਕੀ ਤਰਫ ਬਣੇ ਵਾਲੇ ਹਰ ਸ਼ਰ ਕੋ ਖੈਰ ਮੈਂ ਬਦਲ ਦੇ, ਆਮੀਨ ਸੁਮ ਆਮੀਨ। ਅਲਹਮਦੁਲਿਲਾ ਮੈਂ ਵੀ ਠੀਕ ਹੂੰ। ਵੀਡੀਓ ਕੋ ਆਜ ਸਕਿਪ ਕੀਏ ਬਗੈਰ ਆਪਣੇ ਬਹੁਤ ਅੱਛੇ ਸੇ ਵੀਡੀਓ ਕੋ ਚੈੱਕ ਕਰਨਾ ਹੈ। ਦੇਖੀਏ ਮੈਂ ਆਜ ਥੋੜ੍ਹੇ 1 ਵੀਕ ਕੇ ਲੀਏ ਤੋ ਮੇਰੇ ਜੋ ਮਾਈਕਰੋ ਹੈ ਤੋ ਪੀਛੇ ਸੇ ਜਬ ਇਕੱਠੇ ਹੋਤੇ ਹੈ ਨਾ ਸਾਰੇ ਤੋ ਯਹੀ ਹਾਲ ਹੋਤਾ ਹੈ, ਜਿਸ ਕੀ ਚੀਜ਼ ਹੋਤੀ ਹੈ ਤੋ ਸਫਾਈ ਵੀ ਬਸ ਉਸਕੋ ਕਰਨੀ ਪੜਤੀ ਹੈ, ਬਾਕੀ ਤੋ ਐਸੇ ਲੱਗ ਰਿਹਾ ਕਿ ਮਾਈਕਰੋ ਕੇ ਅੰਦਰ ਸਾਰਾ ਟੱਬਰ ਹੀ ਵਿੱਚ ਵੜਿਆ ਰਿਹਾ ਅਤੇ ਪਿੱਛੋਂ ਦੀ ਸਫਾਈ ਕਰਨ ਦਾ ਨਾਮੋ ਨਿਸ਼ਾਨ ਨਹੀਂ ਸੀਗਾ। ਦੇਖੋ ਜੀ ਅੱਜ ਬੜਾ ਗਰਕ ਕਰ ਦਿੱਤਾ ਜੀ ਮਾਈਕਰੋ ਦਾ, ਕਿੰਨੀ ਗੰਦਾ ਹੋਇਆ ਸਿਰਫ ਇੱਕ ਹਫ਼ਤੇ ਦੇ ਅੰਦਰ ਤੁਸੀਂ ਦੇਖ ਸਕਦੇ ਹੋ, ਅਤੇ ਇਹਨੂੰ ਕਲੀਨ ਕਰਾਂਗੇ ਅਸੀਂ 5 ਮਿੰਟ ਦੇ ਅੰਦਰ। ਤੁਸੀਂ ਵੀਡੀਓ ਨੂੰ ਸਕਿਪ ਨਹੀਂ ਕਰਨਾ ਅਤੇ ਤੁਸੀਂ ਦੇਖਣਾ ਕਿ ਇੰਨਾ ਗੰਦਾ ਜਿਹੜਾ ਹੋਵੇ। ਪਰੇਸ਼ਾਨ ਹੋਣੇ ਕੀ ਜ਼ਰੂਰਤ ਨਹੀਂ, ਇਹ ਇਨਸ਼ਾਅੱਲਾ ਤਾਲਾ 5 ਮਿੰਟ ਮੈਂ ਹਮ ਰੈਡੀ ਕਰੇਂਗੇ। ਇਸਕੇ ਲੀਏ ਹਮੇਂ ਕਿਆ ਚਾਹੀਏ, ਸਭਸੇ ਪਹਿਲੇ ਇੱਕ ਬਾਊਲ ਇੱਕ ਚਮਚ ਚਾਹੀਏ, ਔਰ ਇਸਮੇ ਹਮਨੇ ਡਾਲਨਾ ਹੈ ਮੀਠਾ ਸੋਡਾ। ਜੀ ਹਾਂ, ਜੋ ਕਿ ਪਾਵਰਫੁਲ ਹੈ ਮੀਠਾ ਸੋਡਾ, ਜੋ ਕਿ ਹਰ ਚੀਜ਼ ਦਾਗ ਧੱਬੇ ਜ਼ਿੱਦੀ ਉਹ ਖਤਮ ਕਰ ਦਿੱਤਾ ਹੈ, ਔਰ ਸਾਥ ਹੀ ਇਸਕੇ ਜਾਏਗਾ ਨਮਕ, ਇਸਕਾ ਵੀ ਆਪਕੋ ਪਤਾ ਹੈ, ਔਰ ਇਸਕੇ ਸਾਥ ਗਿਆ ਵਨੀਗਰ। ਇਹ ਜਬ ਤੀਨੋ ਇਕੱਠੇ ਹੋ ਜਾਏਂਗੇ ਤੋ ਜ਼ਬਰਦਸਤ ਸਾ ਇੱਕ ਲਿਕੁਇਡ ਬਣ ਕੇ ਰੈਡੀ ਹੋ ਜਾਏਗਾ। ਜੀ ਹਾਂ, ਹਮਨੇ ਇਹ ਤੀਨੋ ਚੀਜ਼ ਅੱਛੇ ਸੇ ਮਿਕਸ ਕਰਨੀ ਹੈ, ਔਰ ਇਸਕੇ ਬਾਅਦ ਹਮਨੇ ਇੱਕ ਜ਼ਬਰਦਸਤ ਸਾ ਔਰ ਡਾਲ ਦੇਣਾ ਹੈ ਇਨਗਰੀਡੀਅੰਟ। ਇਸਮੇ ਹਮਨੇ ਡਾਲ ਮੇਰੇ ਪਾਸ ਹੈ ਸਰਫ, ਆਪ ਇਸਮੇ ਕਾਲਾ ਤੇਲ ਵੀ ਡਾਲ ਸਕਦੇ ਹੈ ਕਿਉਂਕਿ ਬਹੁਤ ਗੰਦਾ ਹੈ, ਤੋ ਇਨਸ਼ਾਅੱਲਾ ਤਾਲਾ ਇਹ 5 ਮਿੰਟ ਮੇਂ ਸਾਫ ਹੋ ਜਾਏਗਾ। ਅੱਛਾ, ਮੇਰੇ ਸੇ ਇਹ ਸਕਿਪ ਹੋ ਗਈ ਥੀ, ਇੱਕ ਚੀਜ਼ ਮੈਂ ਇਸਮੇ ਔਰ ਡਾਲੀ ਥੀ ਕਿ ਪਾਣੀ ਡਾਲ ਦਿਆ, ਔਰ ਇਸਮੇ ਮੈਂ ਡਾਲਾ ਥਾ ਪੇਸਟ, ਵਾਈਟ ਪੇਸਟ ਕੋਲਗੇਟ ਇਸਮੇ ਡਾਲਾ ਥਾ, ਕਿਉਂਕਿ ਆਪ ਦੇਖ ਸਕਤੇ ਹੈ ਜਿਤਨੀ ਦਾਗ ਧੱਬੇ ਹੈ, ਜਿਤਨੀ ਚਿਕਨਾਈ ਹੈ, ਵੋ ਪੇਸਟ ਔਰ ਇਹ ਸਾਰੇ ਵਨੀਗਰ ਮਿੱਠਾ ਸੋਡਾ, ਇਹ ਤਮਾਮ ਚੀਜ਼ਾਂ ਮਿਲ ਕੇ ਜਬ ਇਸਕੀ ਸਫਾਈ ਕਰੇਂਗੇ ਤੋ ਯਕੀਨ ਕਰੇ 5 ਮਿੰਟ ਮੇਂ ਇਹ ਸਾਫ ਹੋ ਜਾਏਗਾ। ਦੇਖ ਸਕਤੇ ਹੈ ਆਪ ਸਾਲਨ ਕੇ ਦਾਗ, ਜਬ ਵੀ ਕੋਈ ਚੀਜ਼ ਮਾਈਕਰੋ ਕਰਤੇ ਹੈ ਜਾਂ ਗਰਮ ਕਰਤੇ ਹੈ, ਜ਼ਾਹਿਰ ਬਾਤ ਹੈ ਗਰਮ ਹੀ ਕਰਨੀ ਹੋਤੀ ਹੈ, ਜੋ ਛੋਟੀ ਛੋਟੀ ਬੋਟੀਆਂ ਹੋਤੀ ਹੈ, ਚਿਕਨ ਹੋ ਜਾਂ ਮੀਟ ਹੋ, ਕੁਛ ਵੀ ਹੋ, ਕੋਈ ਵੀ ਚੀਜ਼ ਹੋ, ਤੋ ਵੋ ਉਛਲ ਉਛਲ ਕੇ ਇਸਮੇ ਬਾਹਰ ਨਿਕਲਣਾ ਸ਼ੁਰੂ ਹੋ ਜਾਤਾ ਹੈ, ਤੋ ਇਸ ਲਈ ਦਾਗ ਜ਼ਿਆਦਾ ਬਣ ਜਾਤੇ ਹੈ। ਤੋ ਜ਼ਾਹਿਰ ਬਾਤ ਹੈ ਜਬ ਜ਼ਿਆਦਾ ਯੂਜ਼ ਹੋ ਰਹਾ ਹੋਤਾ ਹੈ ਮਾਈਕਰੋ, ਤੋ ਇਸਕੀ ਸਫਾਈ ਨੀਟ ਐਂਡ ਕਲੀਨ ਵੀ ਕਰਨੀ ਹੋਤੀ ਹੈ, ਲੇਕਿਨ ਨੀਟ ਐਂਡ ਕਲੀਨ ਕਰਨੇ ਕੇ ਲੀਏ ਦੇਖੇ ਆਪ ਸਭਸੇ ਪਹਿਲੇ ਕਿ ਮਾਈਕਰੋ ਹਮਨੇ ਕਰ ਦੇਣਾ ਹੈ ਔਨ 30 ਸੈਕਿੰਡ ਕੇ ਲੀਏ, ਹਮਨੇ ਇਸਮੇ ਰੱਖ ਦੀ ਹੈ ਤਮਾਮ ਚੀਜ਼ਾਂ ਤਾਂ ਕਿ ਇਹ ਇਸਮੇ ਹੀਟ ਸੇ ਜੋ ਆਇਲ ਹੋਗਾ ਚਿਕਨਾਈ ਹੋਗੀ ਵੋ ਥੋੜ੍ਹੀ ਸੀ ਮੈਲਟ ਹੋਣਾ ਸ਼ੁਰੂ ਹੋ ਜਾਏਗੀ। ਮੈਂ ਇਸਕੋ 30 ਸੈਕਿੰਡ ਕੇ ਲੀਏ ਰੱਖਾ ਔਰ ਇਸਕੇ ਅੰਦਰ ਫਿਰ ਸਫਾਈ ਸ਼ੁਰੂ ਕਰ ਦੀ ਇਸੀ ਪੈਟਰਨ ਕੀ ਮਦਦ ਸੇ ਜੋ ਮੈਂ ਅਭੀ ਆਪਕੋ ਬਣਾਉਣਾ ਸਿਖਾਇਆ ਹੈ। ਇਹ ਹਮਨੇ ਲੈ ਲਈ ਹੈ ਇੱਕ ਅਦਦ ਕੂਚੀ, ਕੂਚੀ ਤੋਂ ਨਹੀਂ ਹੈ ਲੇਕਿਨ ਬਰਤਨ ਧੋਣ ਸਾਫ ਕਰਨੇ ਵਾਲਾ ਇਹ ਕੱਪੜਾ ਹੈ, ਔਰ ਜੋ ਕਿ ਮੈਂ ਆਪਕੋ ਪਿਛਲੀ ਵੀਡੀਓ ਮੈਂ ਬਰਤਨ ਸੇ ਬਣਾਉਣਾ ਸਿਖਾਇਆ ਥਾ। ਇਹ ਜੀ ਹਾਂਜੀ ਬੋਰੀ ਕਾ ਹੈ, ਤੋ ਉਸਕੋ ਇਹ ਬਹੁਤ ਜ਼ਬਰਦਸਤ ਸਾ ਹੋਤਾ ਹੈ, ਇਹ ਤਕਰੀਬਨ 6-7 ਮਹੀਨੇ ਈਜ਼ੀਲੀ ਚਲ ਜਾਤਾ ਹੈ। ਇਹ ਜੀ ਜੰਗ ਲਗਾ ਹੁਆ ਹੈ, ਤੋ ਯਹਾਂ ਪੇ ਮੈਂ ਬੁਰਸ਼ ਕੀ ਮਦਦ ਸੇ ਜੋ ਇਸਕੇ ਅੰਦਰ ਵਾਲੀ ਡੀਪਲੀ ਜਗ੍ਹਾ ਹੈ, ਮੈਂ ਉਸਕੋ ਬੁਰਸ਼ ਸੇ ਨੀਟ ਐਂਡ ਕਲੀਨ ਕਰ ਲੈਣਾ। ਦੇਖ ਸਕਤੇ ਹੈ ਆਪ ਕਿਤਨੀ ਯਹਾਂ ਪੇ ਮੈਲ ਕੋ ਜੈਲ ਬਾਹਰ ਆ ਰਹੀ ਹੈ, ਤੋ ਇਨਸ਼ਾਅੱਲਾ ਤਾਲਾ ਕਿ 5 ਮਿੰਟ ਮੈਂ ਕਲੀਨਿੰਗ ਜਿਤਨੀ ਵੀ ਹੋਗੀ ਔਰ ਜਿਤਨੀ ਵੀ ਚਿਕਨਾਈ ਹੋਗੀ ਕਿ ਸਾਫ ਹੋ ਜਾਏਗੀ, ਤੋ ਪਰੇਸ਼ਾਨ ਨਹੀਂ ਹੋਣਾ। ਤੋ ਜਬ ਆਪਣੀ ਚੀਜ਼ ਹੋਤੀ ਹੈ ਤੋ ਉਸਕੀ ਕੇਅਰ ਵੀ ਕਰਨੀ ਚਾਹੀਏ, ਲੇਕਿਨ ਕਿਆ ਹੋਤਾ ਹੈ ਜਿਸਕੀ ਚੀਜ਼ ਹੋਤੀ ਹੈ ਇਸਤੇਮਾਲ ਬੇਸ਼ੱਕ ਸਾਰਾ ਘਰ ਕਰ ਰਹਾ ਹੋਤਾ ਹੈ, ਲੇਕਿਨ ਜਿਸਕੀ ਚੀਜ਼ ਹੋਤੀ ਹੈ ਸਫਾਈ ਉਸੇ ਨੇ ਕਰਨੀ ਹੋਤੀ ਹੈ, ਕਿ ਉਸਕੇ ਜ਼ਿੰਮੇ ਹੀ ਹੋਤੀ ਹੈ, ਲੇਕਿਨ ਕੋਈ ਬਾਤ ਨਹੀਂ ਹੈ। ਤੋ ਹਮ ਇਸਕੋ 5 ਮਿੰਟ ਮੇਂ ਕਲੀਨ ਕਰ ਲੇਂਗੇ ਔਰ ਇਸਕੀ ਜ਼ਬਰਦਸਤੀ ਕਲੀਨਰ ਹਮਨੇ ਬਣਾ ਲਿਆ ਹੈ, ਤੋ ਪਰੇਸ਼ਾਨੀ ਕਿਸ ਚੀਜ਼ ਕੀ। ਤੋ ਆਪ ਕਭੀ ਜਬ ਇਤਨਾ ਗੰਦਾ ਹੋ ਜਾਏ ਔਰ ਫਿਰ ਆਪਨੇ ਇਸੀ ਤਰ੍ਹਾਂ ਸੇ ਕਲੀਨਰ ਬਣਾ ਕੇ ਘਰ ਮੇਂ ਹੀ ਰੈਡੀ ਕਰ ਲੈਣਾ ਹੈ, ਬਾਜ਼ਾਰ ਸੇ ਲਾਣੇ ਕੀ ਜ਼ਰੂਰਤ ਨਹੀਂ ਪੜੇਗੀ। ਇਨਸ਼ਾਅੱਲਾ ਤਾਲਾ ਆਪ ਇੱਕ ਦਫ਼ਾ ਕਰਕੇ ਦੇਖੇ ਤੋ ਕਿਤਨੀ ਜ਼ਬਰਦਸਤ ਚਿਕਨਾਈ ਇਸਕੀ ਨੀਟ ਐਂਡ ਕਲੀਨ ਹੋ ਕੇ ਰੈਡੀ ਹੋ ਜਾਏਗਾ ਮਾਈਕਰੋ ਬਹੁਤ ਜਲਦੀ ਸੇ। ਤੋ ਗਰਮੀ ਆ ਗਈ ਹੈ ਤੋ ਵੈਸੇ ਵੀ ਇਸਮੇ ਸੇ ਸਮੈਲ ਆਉਣਾ ਸ਼ੁਰੂ ਹੋ ਗਈ, ਜੋ ਇਸਕੀ ਸਮੈਲ ਹੋਗੀ ਵੋ ਵਨੀਗਰ ਹਮਨੇ ਇਸਮੇ ਡਾਲਾ ਹੈ, ਮਿੱਠਾ ਸੋਡਾ ਡਾਲਾ ਹੈ ਔਰ ਤਮਾਮ ਇਸਕੇ ਜੋ ਹੈ ਏਜਿਸ ਮੇਂ ਸੇ ਜਿਤਨੇ ਵੀ ਦਾਗ ਧੱਬੇ ਹੈ ਵੋ ਕਲੀਅਰ ਹੋ ਜਾਏਂਗੇ ਇਨਸ਼ਾਅੱਲਾ ਤਾਲਾ, ਔਰ ਜੋ ਵਨੀਗਰ ਹੈ ਉਸਕੀ ਸਮੈਲ ਕੋ ਖਤਮ ਕਰ ਦੇਗਾ। ਇਸਕੋ ਹਮਨੇ 5 ਮਿੰਟ ਕੇ ਲੀਏ ਸਫਾਈ ਕਰਨੇ ਕੇ ਬਾਅਦ 5 ਮਿੰਟ ਕੇ ਲੀਏ ਹਮਨੇ ਇਸਕੋ ਖੁੱਲ੍ਹਾ ਛੋੜ ਦੇਣਾ, ਤਾਂ ਕਿ ਜਿਤਨੀ ਵੀ ਇਸਕੀ ਸਮੈਲ ਹੈ ਤੋ ਵੋ ਹਵਾ ਲਗਨੇ ਸੇ
क्लियर हो जाए। और वनीगर सारी होती है ना खुशबू वगैरह उसकी बहुत ज़बरदस्त आ रही होती है वनीगर की। तो ये हमने जी साफ़ नीट एंड क्लीन कर लिया है। नीट एंड क्लीन करने के बाद फिर इसको मैंने अच्छे से ड्राई कपड़ा लेके मलमल का लोन का कपड़ा लेके उसको अच्छे से मैंने नीट एंड क्लीन कर लिया। जी हाँ, ये देख सकते हैं आप, इसकी सारी जो जितनी भी चिकनाई थी वो सारी रफू चक्कर हो गई है। और आप मुझे कमेंट बॉक्स में बताइएगा कि कैसी लगी आज की क्लीनर और कैसी रही आज की चिकनाई की सफाई। छुट्टी होगी 5 मिनट में, सिर्फ और सिर्फ 5 मिनट में इसकी चिकनाई दूर भाग गई है ना, ज़बरदस्त सा क्लीनर। और कितना अच्छा लग रहा है अब नीट चीज़ें, ज़ाहरी बात है सफाई सुथराई तो और साथ साथ होनी चाहिए, इसके बगैर तो जो है अधूरी हो जाती हैं ख्वातीन की यहाँ से कारकर्दगी नज़र आती है वो कितनी सुगढ़ है। ये देखें ज़बरदस्त सा माशाल्लाह शाइनिंग कर रहा है और चमचम कर रहा है। जी हाँ, ये हर चीज़ चमचम कर रही है पहले और अब में आप फ़र्क देख सकते हैं। सिर्फ़ और सिर्फ 5 मिनट की मेहनत का कमाल है ना, ज़बरदस्त सी क्लीनर। और अगर आपको वीडियो आज की अच्छी लगी तो लाजमी लाइक कमेंट कीजिएगा। जी हाँ, जो हमारे पास पैटर्न बच गया है तो इसको हम वेस्ट नहीं करेंगे, इसकी हम ट्रे जो इसके अंदर ओवन के अंदर माइक्रोवेव के अंदर होती है प्लेट और रिंग, तो इसको हम इससे क्लीन करेंगे। उसके बाद हम आप बेसन की करेंगे क्लीनिंग, जो भी बच जाएगा। तो देखिए अब बेसन की हालत देख सकते हैं और बाद में देखिएगा इसमें कितनी ज़बरदस्त चिकनाई शाइनिंग आ जाएगी, चमाचम करेगा। ये मेरा जी, मैंने इसको एक दफ़ा से इसकी चिकनाई इसी से उतारी थी, उसके बाद मैंने इसको विम से साफ़ कर लिया था अगेन, ताकि इसमें जितनी भी चिकनाई है वो रफू चक्कर हो जाए, चली जाए और ये नीट एंड क्लीन हो जाए। तो ज़ाहिर बात है एहतियात से धोना है, शीशे का है, ये मिलते भी बहुत कम है क्योंकि इसकी फिर होती है साइज़ मिलना मुश्किल हो जाता है। तो केयर बहुत ज़रूरी होती है, हर चीज़ में केयर करनी चाहिए, अपनी चीज़ें बचानी चाहिए और महंगाई के दौर में हर चीज़ का खात्मा करें। और फ्री ऑफ कोर्स आपको हर चीज़ समझाई सिखाई जाती है, तो आप घर में रह के बहुत सारी चीज़ों को मैनेज कर सकते हैं। ये देखें जी कितनी चमाचम और शाइनिंग इसमें आ गई है इस पेस्ट की वजह से, जो हम अब ब्रश को भी नीट कर लेंगे थोड़ा सा रगड़ा यहाँ पे और फिर ये भी क्लीन हो गया। बाकी का जो पैटर्न था हमने वेस्ट नहीं करना बिल्कुल भी, तो मैंने इसको सारा जो बेसन है इसको नीट एंड क्लीन कर लेना है और इसकी टैप को भी अच्छी तरह से नीट क्लीन करके और इसकी वाल्व भी हैं। तो यही हमने जो कपड़ा है इसी से हमने नीट एंड क्लीन हर चीज़ को कर देना है, वाल्व पे भी फेर देना है, तो इसमें इतनी ज़बरदस्त सी शाइनिंग आ जाएगी कि अभी आपने टाइलें लगाई हैं यकीन करें। देखें छोटी सी चीज़ें और कितना बड़ा हमने फ़ायदा उठा लिया, हमने कितनी सारी चीज़ें धो डाली हैं छोटे से लिक्विड से और हमने वेस्ट भी कुछ नहीं किया। दिखा, ये होता है कमाल, एक सुगड़पन हमने यहाँ पे दिखा दिया कि हम कितने सुगड़ हैं। तो ये देख सकते हैं अब इसको मैंने बहुत अच्छे से क्लीन कर दिया, धो दिया। जिन्होंने अभी तक मेरे चैनल को सब्सक्राइब नहीं किया, लाइक नहीं किया, शेयर नहीं किया, लाजमी लाइक कीजिएगा, शेयर कीजिएगा और कॉमेंट बॉक्स में बताइएगा कि आज की रेमडी मेरी कैसी लगी, आज की चिकनाई कितनी भाग गई आपने देख लिया। आप मेरे साथ शुरू से अब तक हैं माशाल्लाह से, और लाइक करके ज़रूर चाहिएगा वीडियो को, ऐसे नहीं जाया करें, चुपके चुपके देख के भाग जाते हैं, बिल्कुल भी नहीं ऐसे किया करें। तो नेक्स्ट वीडियो के लिए दीजिए इजाज़त और कमेंट बॉक्स में लाजमी बताइएगा, बेल आइकन को प्रेस करना मत भूलिएगा, दुआओं में याद रखिएगा। अस्सलामुअलैकुम वरहमतुल्लाहि वबरकातुहू।